ਜ਼ਿਲ੍ਹਾ ਸੰਗਰੂਰ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਰੱਖੜੀ ਦੇ ਤਿਉਹਾਰ ਦੀ ਖਰੀਦਦਾਰੀ ਕਰਦੇ ਵਕਤ ਲੋਕਾਂ ਨੇ ਇੱਕ ਦੁਕਾਨ ਵਿੱਚ ਅੱਗ ਦੀ ਲਪਟਾਂ ਨਿਕਲਦੀਆਂ ਵੇਖੀਆਂ। ਸੰਗਰੂਰ ਦੇ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਲੱਗੀ ਅੱਗ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਅੱਗ ਸ਼ੋਰਟ ਸਰਕਟ ਕਾਰਨ ਲੱਗੀ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਸਦਾ ਲਗਭਗ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਬਾਕੀ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ। ਦੇਖੋ ਮੈਂ ਤਾਂ ਰਾਤ ਨੂੰ ਹਿਸਾਬ ਦਾ ਮਤਲਬ ਕਿ ਕਰਿਆ ਸੀਗਾ, ਪਰ ਹਿਸਾਬ ਕਰਦੇ ਉੱਪਰੋਂ ਨੇੜਾ ਹੋਇਆ, ਧੂੰਆਂ ਧੂੰਆਂ ਹੋ ਗਿਆ। ਮੁੰਡਾ ਕਹਿੰਦਾ ਉੱਪਰ ਆਪਣਾ ਵੀ ਅੱਗ ਲੱਗੀ, ਅਸੀਂ ਫਟਾਫਟ ਉੱਪਰ ਮਤਲਬ ਕਿ ਭੱਜੇ, ਅੱਗ ਮਤਲਬ ਫੈਲਦੀ ਗਈ ਫਿਰ ਅਸੀਂ ਪਾਣੀ ਦਾ ਜੋ ਵੀ ਪਿਆਸੀ ਵਾਸਤੇ ਉੱਪਰ ਮੈਂ ਲੈ ਗਿਆ ਸੀ, ਜੋ ਕੁਝ ਹੁਣ ਤੁਹਾਡੇ ਮੈਂ ਸਾਹਮਣੇ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? 4 ਲੱਖ ਦਾ ਹੋ ਗਿਆ ਹੋਊਗਾ। ਅੱਜ ਤਾਂ ਮੈਂ ਗਿਣਤੀ ਕਰਾਂਗੇ, 2-3 ਦਾ ਮਤਲਬ ਹੋ ਗਿਆ ਹੋਊਗਾ, 3 ਲੱਖ ਦਾ ਹੋ ਗਿਆ, 3 ਲੱਖ ਦਾ ਹੋ ਗਿਆ। ਜਿਹੜੀ ਅੱਗ ਹੈ ਹੁਣ ਬੁੱਝ ਚੁੱਕੀ ਅੱਗ? ਦੇਖੋ ਕੋਈ ਪਤਾ ਲੱਗੂਗਾ, ਸਮਾਨ ਕੱਢ ਰਹੇ ਨੇ। ਹਾਂ ਜੀ, ਮੈਂ ਸਮਾਨ ਕੱਢ ਰਹੇ ਹਾਂ ਉੱਪਰੋਂ, ਉੱਪਰ ਦਾ ਸਟਾਕ ਮਤਲਬ ਬਹੁਤ ਸੀਗਾ। ਬੈਂਕ ਦੀ ਲਿਮਿਟ ਬਣੀ ਹੋਈ ਹੈ, ਸਰ ਕੋਈ ਬੈਂਕ ਦਾ ਪੈਸਾ ਦੇਣਾ, ਇਹ ਸਾਰਾ ਕਾਰੋਬਾਰ ਵਿਚਾਰਾ ਕਿਵੇਂ ਕਰੂਗਾ ਇਹ? ਹਾਂ, ਸ਼ੋਰਟ ਸਰਕਟ ਹੋਈ ਹੈ, ਦੇਖ ਕੇ ਬਿਜਲੀ ਬੋਰਡ ਵਾਲੇ ਕਨੈਕਸ਼ਨ ਕੱਟ ਕੇ ਉਹ ਸਾਰਾ ਦੇਖ ਕੇ ਕਨੈਕਸ਼ਨ ਉਹਦੇ ਬਿਜਲੀ ਬੋਰਡ ਉਹਦੇ ਤਾਰਾਂ ਨਾਲ ਹੋਏ ਹੈ। ਬਾਕੀ ਦੁਕਾਨਦਾਰਾਂ ਨੇ ਅੱਗ ਬੁਝਾਉਣ ਵਿੱਚ ਮਦਦ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਲਗਭਗ ਚੁਬਾਰੇ ਵਿੱਚ ਲੱਗੀ ਅੱਗ ਨਾਲ ਸਾਰਾ ਕੱਪੜਾ ਖਰਾਬ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਸਾਰੇ ਦੁਕਾਨਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੁਕਾਨਦਾਰ ਨੂੰ ਸਰਕਾਰ ਵੱਲੋਂ ਕੁਝ ਮਦਦ ਕੀਤੀ ਜਾਵੇ। ਦੇਖੋ ਤਕਰੀਬਨ 8:15 ਵਜੇ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਸਾਰੇ ਬੈਠ ਰਹੇ ਸੀ, ਬਾਜ਼ਾਰ ਪੂਰਾ ਭਰਿਆ ਹੋਇਆ ਸੀਗਾ ਤੇ ਸਾਨੂੰ ਸਮੈਲ ਜੀ ਆਈ, ਵੀ ਧੂੰਏ ਦੀ ਯਾਨੀ ਕਿ ਸਮੈਲ ਜੀ ਆ ਰਹੀ ਹੈ। ਅਸੀਂ ਜਦੋਂ ਦੁਕਾਨਾਂ ਦੇ ਬਾਹਰ ਆ ਕੇ ਦੇਖਿਆ ਤਾਂ ਦੂਜੀ ਮੰਜ਼ਿਲ 'ਤੇ ਬਹੁਤ ਜ਼ਿਆਦਾ ਧੂੰਆਂ ਜਿਹੜਾ ਹੈਗਾ ਬਾਹਰ ਨਿਕਲਿਆ ਸੀ। ਨਾਲ ਦੀ ਨਾਲ ਹੀ ਮੈਂ ਫਾਇਰ ਬ੍ਰਿਗੇਡ ਨੂੰ ਟੈਲੀਫੋਨ ਕੀਤਾ, ਵਿਦ ਇਨ 5-4 ਮਿੰਟਾਂ ਦੇ ਵਿੱਚ ਹੀ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਅਸੀਂ ਪੁਲਿਸ ਦੇ ਵੀ ਧੰਨਵਾਦੀ ਆ, ਪੁਲਿਸ ਵੀ ਯਾਨੀ ਕਿ 5-4 ਮਿੰਟ ਦੇ ਨੋਟਿਸ ਦੇ ਪਹੁੰਚ ਗਈ ਅਤੇ ਜਿਹੜਾ ਨੁਕਸਾਨ ਹੈ ਮੇਰੇ ਖਿਆਲ 'ਚ ਲੱਖਾਂ ਦੇ ਵਿੱਚ ਹੀ ਨੁਕਸਾਨ ਹੈਗਾ, ਕਿਉਂਕਿ ਦੋਨੇ ਮੰਜ਼ਿਲਾਂ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਭਰਿਆ ਹੋਇਆ ਸੀਗਾ। ਕੱਪੜਾ ਦੁਕਾਨ ਦਾ ਨਾਮ ਕੀ ਹੈ? ਇਹ ਮੋਦੀ ਕਲਾਥ ਹਾਊਸ ਦੇ ਨਾਂ 'ਤੇ ਦੁਕਾਨ ਹੈ ਜੀ, ਅਤੇ ਕੱਪੜੇ ਦਾ ਜਿਹੜਾ ਕਾਰੋਬਾਰ ਕਰਦੇ ਆ, ਕਾਫ਼ੀ ਪੁਰਾਣੀ ਯਾਨੀ ਕਿ ਦੁਕਾਨ ਹੈ, ਪਿਛਲੇ 50-55 ਸਾਲਾਂ ਦੀ ਦੁਕਾਨ ਹੈ ਅਤੇ ਉੱਪਰ ਵੀ ਮਾਲ ਪਿਆ ਸੀ ਅਤੇ ਨੀਚੇ ਵੀ ਪਿਆ ਸੀਗਾ। ਦੇਖੋ ਸਦਰ ਬਾਜ਼ਾਰ ਦੇ ਸਾਰੇ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਫਟਾਫਟ ਆ ਕੇ ਇਸ ਚੀਜ਼ ਨੂੰ ਕਾਬੂ ਕੀਤਾ ਅਤੇ ਹੁਣ ਮੇਰੇ ਖਿਆਲ 'ਚ ਅੱਗ ਸਾਰੀ ਕੰਟਰੋਲ ਹੈ ਅਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇੱਕ ਗਰੀਬ ਦੁਕਾਨਦਾਰ ਜਿਹੜਾ ਇੰਨਾ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਉਹਦੀ ਭਰਵਾਈ ਕਰੇ ਅਤੇ ਉਹਦਾ ਜਿਹੜਾ ਮੁਆਵਜ਼ਾ ਯਾਨੀ ਕਿ ਉਹ ਦੁਕਾਨਦਾਰ ਨੂੰ ਮਿਲੇ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।